ਪਟਿਆਲਾ ਦੇ ਗੰਡਾਖੇੜੀ ਦੇ ਵਿੱਚ ਦੋ ਸਕੇ ਭਰਾਵਾਂ ਦੇ ਲਾਪਤਾ ਹੋਣ ਦੇ ਮਾਮਲੇ ਦੇ ਵਿੱਚ ਫਿਲਹਾਲ ਤੱਕ ਪੁਲਿਸ ਤੁਹਾਨੂੰ ਦਿਖਾਉਂਦੇ ਹਾਂ ਕਿ ਪੁਲਿਸ ਵੱਲੋਂ ਜਿਹੜੀ ਸਰਚ ਹੈਗੀ ਉਹ ਜਾਰੀ ਹੈ। ਇਸ ਸਮੇਂ ਅਸੀਂ ਗੰਡਾਖੇੜੀ ਭਾਖੜਾ ਦੇ ਉੱਤੇ ਖੜ੍ਹੇ ਹੋਏ ਹਾਂ। ਪੁਲਿਸ ਅਧਿਕਾਰੀ ਹੈਗੇ ਨੇ ਜਿਹੜੇ ਸਰਚ ਕਰਕੇ ਭਾਖੜਾ ਦੇ ਉੱਤੋਂ ਆ ਰਹੇ ਨੇ। ਤੁਹਾਨੂੰ ਦੱਸ ਦਈਏ ਕਿ ਲਗਾਤਾਰ ਗੋਤਾਖੋਰਾਂ ਕੋਲੋਂ ਵੀ ਤਲਾਸ਼ ਕਰਵਾਈ ਜਾ ਰਹੀ ਹੈ ਨਹਿਰ ਦੇ ਵਿੱਚ, ਕਿਉਂਕਿ ਕਿਆਸ ਰਾਈਆਂ ਇਹ ਵੀ ਲਗਾਈਆਂ ਜਾ ਰਹੀਆਂ ਨੇ ਕਿ ਹੋ ਸਕਦਾ ਕਿਤੇ ਗਲਤੀ ਦੇ ਨਾਲ ਬੱਚੇ ਭਾਖੜਾ ਵਾਲੇ ਪਾਸੇ ਨਾ ਆ ਗਏ ਹੋਣ। ਲੇਕਿਨ ਵੱਡਾ ਸਵਾਲ ਇਹ ਖੜ੍ਹਾ ਹੁੰਦਾ ਕਿ ਕਰੀਬਨ 50 ਘੰਟੇ ਹੋਣ ਨੂੰ ਆਏ ਨੇ, 50 ਘੰਟੇ ਬਾਅਦ ਵੀ ਫਿਲਹਾਲ ਤੱਕ ਪੁਲਿਸ ਦੇ ਹੱਥ ਕਿਸੇ ਤਰ੍ਹਾਂ ਦੀ ਕੋਈ ਸਫਲਤਾ ਲੱਗਦੀ ਨਜ਼ਰ ਨਹੀਂ ਆ ਰਹੀ। ਤੁਹਾਨੂੰ ਦੱਸ ਦਈਏ ਕਿ ਤੁਸੀਂ ਦੇਖ ਸਕਦੇ ਹੋ ਹਲੇ ਵੀ ਚੰਡੀਗੜ੍ਹ ਬਠਿੰਡਾ ਰੋਡ ਹੈਗਾ ਜਿਹੜਾ ਲਗਾਤਾਰ ਜਾਮ ਕੀਤਾ ਹੋਇਆ ਪਿੰਡ ਵਾਸੀਆਂ ਨੇ ਅਤੇ ਪਰਿਵਾਰ ਵਾਲਿਆਂ ਨੇ। ਲੇਕਿਨ ਪੁਲਿਸ ਵੱਲੋਂ ਤਲਾਸ਼ ਜ਼ਰੂਰ ਕੀਤੀ ਜਾ ਰਹੀ ਹੈਗੀ ਆ ਬੱਚੇ ਦੀ। ਅਗਰ ਗੱਲ ਕਰੀਏ ਤਾਂ ਗੰਡਾਖੇੜੀ ਦੇ ਨੇੜੇ ਤੇੜੇ ਹੀ ਜਿਹੜੀ ਤਲਾਸ਼ ਹੈਗੀ ਆ ਉਹ ਕੀਤੀ ਜਾ ਰਹੀ ਆ। ਪੁਲਿਸ ਤੁਸੀਂ ਦੇਖ ਸਕਦੇ ਹੋ ਪੁਲਿਸ ਬਲ ਲੱਗਿਆ ਹੋਇਆ, ਗੋਤਾਖੋਰ ਤੁਹਾਨੂੰ ਦਿਖਾ ਦਿੰਦੇ ਹਾਂ ਬਕਾਇਦਾ ਤੌਰ 'ਤੇ ਪੂਰੀ ਕਿੱਟ ਦੇ ਨਾਲ। ਤੁਸੀਂ ਦੇਖ ਸਕਦੇ ਹੋ ਕਿ ਗੋਤਾਖੋਰ ਹੈਗੇ ਨੇ ਜਿਹੜੇ ਤੈਨਾਤ ਕੀਤੇ ਹੋਏ ਨੇ, ਲਗਾਤਾਰ ਉਹਨਾਂ ਵੱਲੋਂ ਜਿਹੜਾ ਬੱਚਾ ਹੈਗਾ ਉਸਦੀ ਤਲਾਸ਼ ਕੀਤੀ ਜਾ ਰਹੀ ਹੈ। ਦੋ ਭਰਾ ਹੈਗੇ ਨੇ ਜਿਹੜੇ ਗੰਡਾਖੇੜੀ ਤੋਂ ਪਰਸੋਂ ਰਾਤ ਕਰੀਬਨ 8:25 ਤੋਂ ਲਾਪਤਾ ਨੇ। ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਇਹ ਗੋਤਾਖੋਰ ਹੈ, ਪੂਰੀ ਕਿੱਟ ਦੇ ਨਾਲ ਇਹਨਾਂ ਵੱਲੋਂ ਵੀ ਲਗਾਤਾਰ ਜਿਹੜੀ ਤਲਾਸ਼ ਹੈਗੀ ਆ ਉਹ ਕੀਤੀ ਜਾ ਰਹੀ ਹੈ। ਤਾਂ ਪੁਲਿਸ ਵੀ ਆਪਣਾ ਸਰਚ ਅਭਿਆਨ ਚਲਾ ਰਹੀ ਹੈ। ਲੇਕਿਨ ਫਿਲਹਾਲ ਤੱਕ ਗੱਲ ਕਰੀਏ ਤਾਂ ਪੁਲਿਸ ਦੇ ਹੱਥ ਕਿਸੇ ਤਰ੍ਹਾਂ ਦੀ ਕੋਈ ਸਫਲਤਾ ਲੱਗੀ ਨਹੀਂ ਆਉਂਦੀ। ਤਾਂ ਫਿਲਹਾਲ ਤੱਕ ਪਰਿਵਾਰ ਵਾਲੇ ਇਹੀ ਕਹਿ ਰਹੇ ਨੇ ਕਿ ਜਦੋਂ ਤੱਕ ਬੱਚਿਆਂ ਬਾਰੇ ਕੋਈ ਅਤਾ ਪਤਾ ਨਹੀਂ ਲੱਗਦਾ ਉਦੋਂ ਤੱਕ ਜਾਮ ਨਹੀਂ ਖੋਲ੍ਹਿਆ ਜਾਵੇਗਾ, ਜਿਸਦੇ ਕਰਕੇ ਲੋਕਾਂ ਨੂੰ ਜਿਹੜੀ ਵੱਡੀ ਪਰੇਸ਼ਾਨੀ ਹੈਗੀ, ਵੱਡੀ ਅਸੁਵਿਧਾ ਹੈਗੀ ਉਹ ਜ਼ਰੂਰ ਪੇਸ਼ ਆ ਰਹੀ ਹੈਗੀ ਆ। ਲੇਕਿਨ ਹੁਣ ਤੱਕ ਜਿਹੜੇ ਦੋ ਬੱਚੇ ਲਾਪਤਾ ਹੋਏ ਨੇ ਉਹਨਾਂ ਬਾਰੇ ਕੁਝ ਵੀ ਪਤਾ ਲਗਾਇਆ ਨਹੀਂ ਜਾ ਸਕਿਆ। ਪਟਿਆਲਾ ਤੋਂ ਕੈਮਰਾਮੈਨ ਅਜੇ ਦੇ ਨਾਲ ਅਵਤਾਰ ਗਿੱਲ, ਦੈਨਿਕ ਸਵੇਰਾ।